ਸਾਡੇ ਨਾਲ ਜੁੜੇ ਹੋਏ ਤਮਾਮ ਸਰੋਤੇ ਜੋ ਇਸ ਵਕਤ ਕਾਲ ਟੂ ਲਿਸਨ ਨੰਬਰ ਡਾਇਲ ਕਰਕੇ ਜਾਂ ਐਪ ਦੇ ਜ਼ਰੀਏ ਜਾਂ ਸਾਨੂੰ ਟਿਊਨ ਇਨ ਕਰਕੇ ਸੁਣ ਰਹੇ ਹੋ ਤੁਸੀਂ ਔਰ ਇਹ ਸੋਮਵਾਰ ਦਾ ਦਿਨ ਜਿਸ 'ਚ ਕਿ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਜਗਦੀਪ ਭੈਣ ਜੀ ਜੋ ਕਿ ਹਮੇਸ਼ਾ ਹੀ ਬਹੁਤ ਹੀ ਪਿਆਰੀਆਂ ਬਹੁਤ ਹੀ ਕੰਮ ਦੀਆਂ ਗੱਲਾਂ ਔਰ ਜੀਵਨ ਨੂੰ ਸੇਧ ਦੇਣ ਵਾਲੀਆਂ ਗੱਲਾਂ ਲੈ ਕੇ ਹਾਜ਼ਰ ਹੁੰਦੇ ਨੇ ਕਿਉਂਕਿ ਇਹ ਖੁਦ ਵੀ ਸਟੱਡੀ ਵੀ ਕਰਦੇ ਨੇ ਅਤੇ ਸਟੱਡੀ ਕਰਾਉਂਦੇ ਵੀ ਨੇ ਕਿ ਜ਼ਿੰਦਗੀ ਨੂੰ ਜੀਣ ਦੀ ਜਾਂਚ ਜਿਹੜਾ ਸਬਕ ਅਸੀਂ ਸਿੱਖੀਏ ਕਿ ਕਿਵੇਂ ਜੀਣਾ ਹੈ ਔਰ ਕਿਸ ਤਰ੍ਹਾਂ ਆਪਣੀ ਲਾਈਫ ਨੂੰ ਜਿਹੜਾ ਅਸੀਂ ਖੁਸ਼ਨੁਮਾ ਖੁਸ਼ਗਵਾਰ ਔਰ ਹਮੇਸ਼ਾ ਹੀ ਪੋਜ਼ਿਟਿਵ ਰੱਖ ਸਕਦੇ ਹਾਂ ਸੋ ਅੱਜ ਕੁਛ ਇਸ ਤਰ੍ਹਾਂ ਦੀ ਹੀ ਗੱਲਬਾਤ ਪ੍ਰੋਗਰਾਮ 'ਚ ਹੋਣੀ ਹੈ ਕਿ ਜਿਹੜੀ ਇੱਕ ਨੈਗੇਟਿਵਿਟੀ ਹੈ ਪੂਰੇ ਸੰਸਾਰ ਦੇ ਵਿੱਚ ਉਹ ਕਿਉਂ ਹੈ ਔਰ ਇਸ ਤੋਂ ਇਨਸਾਨ ਕਿਵੇਂ ਪ੍ਰਭਾਵਿਤ ਹੁੰਦਾ ਸਭ ਤੋਂ ਪਹਿਲਾਂ ਤਾਂ ਜਗਦੀਪ ਭੈਣ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਹਾਂਜੀ ਸੰਦੀਪ ਜੀ ਸਤਿ ਸ੍ਰੀ ਅਕਾਲ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਲਿਸਨਰ ਦਾ ਪਿੱਛੇ ਜਦੋਂ ਕਰੋਨਾ ਦੁਨੀਆਂ ਦੇ ਵਿੱਚ ਫੈਲਿਆ ਤਾਂ ਉਸ ਟਾਈਮ ਦੇ ਵਿੱਚ ਨਾ ਇੱਕ ਸ਼ਬਦ ਨੇ ਬੜੀ ਰਾਹਤ ਦਿੱਤੀ ਲੋਕਾਂ ਨੂੰ ਕਿ ਨੈਗੇਟਿਵ ਨੈਗੇਟਿਵ ਸ਼ਬਦ ਸੀ ਕਿ ਕਰੋਨਾ ਦੇ ਵਿੱਚ ਨੈਗੇਟਿਵ ਆਉਂਦਾ ਤਾਂ ਬੜਾ ਮਤਲਬ ਖੁਸ਼ੀ ਇਨਸਾਨ ਮਨਾਉਂਦਾ ਸੀ ਫਿਰ ਇਹ ਜਿਹੜਾ ਇੱਕ ਨੈਗੇਟਿਵ ਸ਼ਬਦ ਸਾਡੀ ਜ਼ਿੰਦਗੀ ਦੇ ਵਿੱਚ ਜੁੜਿਆ ਹੋਇਆ ਇਸ ਵਕਤ ਜੇ ਅਸੀਂ ਸੋਚ ਨੂੰ ਲੈ ਕੇ ਗੱਲ ਕਰੀਏ ਤਾਂ ਜਾਂ ਇਸਦੀ ਪਰਿਭਾਸ਼ਾ ਦੀ ਅਸੀਂ ਗੱਲ ਕਰੀਏ ਤਾਂ ਉਸਦੇ ਬਾਰੇ ਤੁਸੀਂ ਕੀ ਕਹੋਗੇ ਨੈਗੇਟਿਵਿਟੀ ਹੁੰਦੀ ਕੀ ਹੈ ਹਾਂਜੀ ਨੈਗੇਟਿਵਿਟੀ ਦੀ ਜੇ ਆਪਾਂ ਪਰਿਭਾਸ਼ਾ ਲਈਏ ਸੰਦੀਪ ਜੀ ਨੈਗੇਟਿਵਿਟੀ ਹੈਗੀ ਆ ਵੀਕਨੈਸ ਇਹਨੂੰ ਵੀਕਨੈਸ ਵੀ ਕਹਿ ਦਿੰਦੇ ਆ ਹੁਣ ਆਪਾਂ ਪਿਛਲੇ ਜਿਹੜਾ ਐਪੀਸੋਡ ਕੀਤਾ ਸੀ ਉਹਦੇ ਵਿੱਚ ਕਿਹਾ ਸੀ ਕਿ ਆਤਮਾ ਜਿਹੜੀ ਆਪਣੀ ਸਪਿਰਿਟ ਆ ਰੂਹ ਆ ਉਹਦੇ 7 ਗੁਣ ਹੁੰਦੇ ਆ ਠੀਕ ਆ ਨੌਲੇਜ ਉਹਦਾ ਪਹਿਲਾ ਗੁਣ ਹੈਗਾ ਗਿਆਨ ਦੂਜਾ ਹੈਗਾ ਪਵਿੱਤਰਤਾ ਤੀਜਾ ਹੈਗਾ ਪੀਸ ਚੌਥਾ ਹੈਗਾ ਲਵ ਫਿਰ ਹੈਗਾ ਉਹਦਾ ਹੈਪੀਨੈਸ ਜਾਂ ਸੁੱਖ ਕਹਿੰਦੇ ਆ ਫਿਰ ਉਹਦਾ ਸ਼ਕਤੀ ਆ ਫਿਰ ਹੈਗਾ 7ਵਾਂ ਗੁਣ ਉਹਦਾ ਆਨੰਦ ਫਿਰ ਉਹ ਆਨੰਦ ਦੀ ਅਵਸਥਾ ਚ ਪਹੁੰਚਦੀ ਆ ਪਰ ਜਦੋਂ ਆਤਮਾ ਦੇ ਵਿੱਚ ਇਹ ਗੁਣਾਂ ਦੀ ਘਾਟ ਹੋ ਜਾਂਦੀ ਆ ਸ਼ਕਤੀਆਂ ਦੀ ਘਾਟ ਹੋ ਜਾਂਦੀ ਆ ਉਹਦੇ ਵਿੱਚ ਵੀਕਨੈਸ ਆ ਜਾਂਦੀ ਆ ਉਦੋਂ ਉਹ ਨਾ ਵਿਚਾਰ ਜਿਹੜੇ ਉਹਦਾ ਆਤਮਾ ਦਾ ਜਿਹੜੀ ਸ਼ਕਤੀ ਆ ਮਨ ਉਹ ਕਮਜ਼ੋਰ ਵਿਚਾਰ ਪੈਦਾ ਕਰਦਾ ਜਿਹਨੂੰ ਕਿ ਅਸੀਂ ਨੈਗੇਟਿਵਿਟੀ ਕਹਿ ਦਿੰਦੇ ਹਾਂ ਜਦੋਂ ਆਤਮਾ ਦੇ ਵਿੱਚ ਪਹਿਲਾਂ ਕਮਜ਼ੋਰੀ ਆਉਂਦੀ ਕਰਦੇ ਆ ਜਿਹੜੇ 5 ਵਿਕਾਰ ਆ ਉਹਦੇ ਵਿੱਚ ਕਮਜ਼ੋਰੀਆਂ ਪੈਦਾ ਕਰ ਦਿੰਦੇ ਆ ਉਹਦੀਆਂ ਸਾਰੀਆਂ ਸ਼ਕਤੀਆਂ ਤੇ ਗੁਣਾਂ ਨੂੰ ਨਸ਼ਟ ਕਰ ਦਿੰਦੇ ਆ ਫਿਰ ਉਹਦੇ ਕਰਕੇ ਅੰਦਰੋਂ ਆਤਮਾ ਜਦੋਂ ਕਮਜ਼ੋਰ ਹੋ ਜਾਂਦੀ ਆ ਉਹਨੂੰ ਇਹ ਨੈਗੇਟਿਵਿਟੀ ਕਹਿ ਦਿੰਦੇ ਆ ਜਿਵੇਂ ਆਪਾਂ ਕਹਿੰਦੇ ਆ ਨਾ ਇਮੋਸ਼ਨ ਇਮੋਸ਼ਨਸ ਕੀ ਆ ਈਮੋਸ਼ਨ ਅੰਦਰਲੀ ਐਨਰਜੀ ਦੇ ਵਿੱਚ ਹੁਣ ਗਤੀ ਹੋ ਗਈ ਇਮੋਸ਼ਨ ਚ ਆ ਗਈ ਉਹਨੂੰ ਕਹਿ ਦਿੰਦੇ ਈਮੋਸ਼ਨ ਕੋਈ ਵੀ ਵਿਚਾਰ ਆ ਜਿਹੜਾ ਕਿ ਸਾਡੇ ਅੰਦਰ ਡਿਸਟਰਬੈਂਸ ਪੈਦਾ ਕਰਦਾ ਉਹ ਹੈਗਾ ਨੈਗੇਟਿਵ ਵਿਚਾਰ ਠੀਕ ਆ ਇਹ ਆਪਦੀ ਸੈਲਫ ਚੈਕਿੰਗ ਕਰਨੀ ਪੈਂਦੀ ਆ ਵੀ ਕਿਹੜਾ ਵਿਚਾਰ ਮੇਰੇ ਅੰਦਰ ਮਤਲਬ ਡਿਸਟਰਬੈਂਸ ਪੈਦਾ ਕਰ ਰਿਹਾ ਮੈਨੂੰ ਡਿਸਟਰਬ ਕਰ ਰਿਹਾ ਤੇ ਇਹ ਵਿਚਾਰ ਨੂੰ ਮੈਂ ਬਦਲਣਾ ਕਿਉਂਕਿ ਜਿਉਂ ਜਿਉਂ ਡਿਸਟਰਬੈਂਸ ਅੰਦਰਲੀ ਵੱਧਦੀ ਜਾਂਦੀ ਆ ਤੁਹਾਡੀ ਜਿਹੜੀ ਰੂਹ ਆ ਉਹ ਜ਼ਿਆਦਾ ਕਮਜ਼ੋਰ ਹੁੰਦੀ ਜਾਂਦੀ ਆ ਠੀਕ ਆ ਉਹਦੀ ਐਨਰਜੀ ਲੂਜ਼ ਹੁੰਦੀ ਆ ਜਿਹੜੇ ਵਿਚਾਰ ਹੁੰਦੇ ਆ ਨਾ ਇਹ ਨੈਗੇਟਿਵ ਵਿਚਾਰ ਆ ਇਹ ਐਨਰਜੀ ਨੂੰ ਲੂਜ਼ ਕਰਦੇ ਆ ਤੇ ਆਤਮਾ ਨੂੰ ਹੋਰ ਕਮਜ਼ੋਰ ਬਣਾਈ ਜਾਂਦੇ ਆ ਓਕੇ ਪਰ ਜਿਵੇਂ ਦੀ ਡੈਫੀਨੇਸ਼ਨ ਡੈਫੀਨੇਸ਼ਨ ਬਹੁਤ ਤੁਸੀਂ ਚਲੋ ਇਹਨੂੰ ਬੜੇ ਸੋਹਣੇ ਢੰਗ ਨਾਲ ਡਿਫਾਈਨ ਕੀਤਾ ਪਰ ਜਦੋਂ ਅਸੀਂ ਨੈਗੇਟਿਵਿਟੀ ਦੀ ਗੱਲ ਕਰਦੇ ਹਾਂ ਕਿ ਕਿਉਂਕਿ ਸਾਡਾ ਸਮਾਜ ਹੈ ਚਾਹੇ ਅਸੀਂ ਕੰਮਾਂ 'ਤੇ ਹਾਂ ਜਾਂ ਸਾਡੀ ਸਿਹਤ ਦੀ ਗੱਲ ਹੈ ਜਾਂ ਅਸੀਂ ਟ੍ਰੈਫਿਕ ਦੇ ਵਿੱਚ ਫਸੇ ਹੋਏ ਹਾਂ ਸਾਡਾ ਪਰਿਵਾਰ ਹੈ ਜਾਂ ਅਸੀਂ ਲੰਬੀ ਲਾਈਨ ਦੇ ਵਿੱਚ ਲੱਗੇ ਹੋਏ ਹਾਂ ਸੋ ਕਿਸੇ ਨਾ ਕਿਸੇ ਚੀਜ਼ ਦੀ ਕਈ ਵਾਰੀ ਇਨਸਾਨ ਸ਼ਿਕਾਇਤ ਕਰ ਰਿਹਾ ਹੁੰਦਾ ਉੱਥੇ ਕਿਤੇ ਨਾ ਕਿਤੇ ਕੋਈ ਨੈਗੇਟਿਵਿਟੀ ਜਿਹੜੀ ਆ ਉਹ ਸਾਨੂੰ ਨਜ਼ਰ ਆ ਹੀ ਜਾਂਦੀ ਹੈ ਜਾਂ ਕਈ ਵਾਰੀ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਬਹੁਤ ਨੈਗੇਟਿਵਿਟੀ ਇਨਸਾਨ ਫੀਲ ਕਰਦਾ ਇੱਦਾਂ ਕਿਉਂ ਹੁੰਦਾ ਕਿ ਅਸੀਂ ਲੋਕਾਂ ਦੀ ਜਾਂ ਸਾਡੇ ਆਸ ਪਾਸ ਦੀ ਨੈਗੇਟਿਵਿਟੀ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ ਹੈਲੋ ਨੈਗੇਟਿਵਿਟੀ ਤੋਂ ਕੋਈ ਵੀ ਬੰਦਾ ਹਾਂਜੀ ਆ ਰਹੀ ਹੈ ਕਲੀਅਰ ਜੀ ਬਿਲਕੁਲ ਤੁਹਾਡੀ ਆਵਾਜ਼ ਆ ਰਹੀ ਹੈ ਹਾਂਜੀ ਹੁਣ ਆਪਾਂ ਕਿਸੇ ਵੀ ਚੀਜ਼ ਦਾ ਪ੍ਰਭਾਵ ਕਿਉਂ ਕਦੋਂ ਕਬੂਲਦੇ ਆ ਉਦੋਂ ਕਬੂਲਦੇ ਆ ਜਦੋਂ ਅਸੀਂ ਕਮਜ਼ੋਰ ਹੋਈਏ ਠੀਕ ਆ ਜੇ ਅਸੀਂ ਅੰਦਰੋਂ ਸਟਰੋਂਗ ਆ ਸਾਡੇ ਤੇ ਕੋਈ ਵੀ ਬਾਹਰਲੀ ਚੀਜ਼ ਪ੍ਰਭਾਵ ਨਹੀਂ ਪਾ ਸਕਦੀ ਹੁਣ ਅਸੀਂ ਜੇ ਆਪਦੇ ਵੱਲ ਦੇਖੀਏ ਆਪਦੀ ਸੈਲਫ ਚੈਕਿੰਗ ਕਰੀਏ ਹੁਣ ਅਸੀਂ ਕੀ ਆ ਅਸੀਂ
ਸਾਡਾ ਇੱਕ ਸਰੀਰ ਆ, ਅੰਦਰ ਸਾਡੀ ਰੂਹ ਬੈਠੀ ਆ, ਰੂਹ ਕੀ ਆ, ਐਨਰਜੀ ਆ। ਹੁਣ ਸਾਡੇ ਉਹਦੀਆਂ ਦੋ ਸ਼ਕਤੀਆਂ ਹੈਗੀਆਂ, ਮਨ ਤੇ ਬੁੱਧੀ। ਉਹਦੇ ਰਾਹੀਂ ਉਹ ਇਹ ਸੰਸਾਰ ਦੇ ਵਿੱਚ ਵਿਹਾਰ ਕਾਰੋਬਾਰ ਕਾਰੋਬਾਰ ਆਪਦਾ ਕਰ ਰਹੀ ਆ, ਠੀਕ ਆ। ਹੁਣ ਇਵੇਂ ਸੰਸਾਰ ਦੇ ਵਿੱਚ ਕੀ ਆ, ਪਦਾਰਥ ਤੇ ਵਿਅਕਤੀ ਰਹਿੰਦੇ ਆ, ਠੀਕ ਆ, ਦੂਜੀਆਂ ਆਤਮਾਵਾਂ ਰਹਿੰਦੀਆਂ ਵਾ। ਹੁਣ ਅਸੀਂ ਜਦੋਂ ਵਿਹਾਰ ਉਹਨਾਂ ਨਾਲ ਕਰਦੇ ਆ, ਉਹਨਾਂ ਦੇ ਕੀ ਆ, ਆਪਦੇ ਡਿਫਰੈਂਟ ਹੈਬਿਟਸ ਆ ਉਹਨਾਂ ਦੀਆਂ, ਪਦਾਰਥ ਵੀ ਆ। ਫਿਰ ਅਸੀਂ ਪਦਾਰਥਾਂ ਵੱਲ ਵੀ ਖਿੱਚੇ ਜਾਂਦੇ ਆ, ਤੇ ਜਿਹੜੇ ਵਿਅਕਤੀ ਆ ਜਦੋਂ ਉਹ ਸਾਡੇ ਨਾਲ ਬਿਹੇਵ ਕਰਦੇ ਆ, ਉਹ ਬਿਹੇਵ ਕਿਵੇਂ ਕਰਦੇ ਆ, ਉਹ ਆਪਦੀਆਂ ਆਦਤਾਂ ਦੇ ਵੱਸ ਹੋ ਕੇ ਸਾਡੇ ਨਾਲ ਬਿਹੇਵ ਕਰਦੇ ਆ, ਠੀਕ ਆ, ਵਿਹਾਰ ਕਰਦੇ ਆ। ਫਿਰ ਅਸੀਂ ਜਦੋਂ ਉਹਨਾਂ ਦੀਆਂ ਆਦਤਾਂ ਨੂੰ ਦੇਖੀਦਾ, ਸਾਨੂੰ ਉਹ ਆਦਤਾਂ ਪਸੰਦ ਨੀ ਆਉਂਦੀਆਂ, ਠੀਕ ਆ। ਅਸੀਂ ਕਹਿੰਦੇ ਆ, ਅਸੀਂ ਆਪਦੇ ਅੰਦਰ ਮਨ ਸਾਡਾ ਕਹਿੰਦਾ ਵੀ ਉਹਨਾਂ ਨੂੰ ਚੇਂਜ ਕਰ ਦੇਣਾ, ਇਹਦੀ ਆਦਤ ਮੈਨੂੰ ਪਸੰਦ ਨੀ। ਉਹਦੇ ਕਰਕੇ ਫਿਰ ਅਸੀਂ ਕੀ ਹੁੰਦੇ ਆ, ਅਸੀਂ ਗੁੱਸੇ ਹੁੰਦੇ ਆ। ਗੁੱਸਾ ਜਦੋਂ ਆਉਂਦਾ ਤੇ ਆਤਮਾ ਦੇ ਵਿੱਚ ਕਮਜ਼ੋਰੀ, ਗੁੱਸਾ ਇੱਕ ਕਮਜ਼ੋਰੀ ਆ, ਕਿਉਂਕਿ ਅਸੀਂ ਦੂਜਿਆਂ ਦੀਆਂ ਆਦਤਾਂ ਨੂੰ ਦੇਖ ਨੀ ਸਕਦੇ ਹੈਗੇ, ਰਾਈਟ। ਅਸੀਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ, ਜਿਸ ਕਰਕੇ ਉਹ ਸਾਡੇ ਤੇ ਪ੍ਰਭਾਵ ਉਹਨਾਂ ਦੀਆਂ ਆਦਤਾਂ ਦਾ ਨੀ ਪੈਂਦਾ। ਆਦਤਾਂ ਦਾ ਤਾਂ ਪਊ ਜੇ ਅਸੀਂ ਉਹਨਾਂ ਦੀਆਂ ਆਦਤਾਂ ਨੂੰ ਸੋਚਣ ਲੱਗ ਜਾਂਦੇ ਹਾਂ, ਉਹਨਾਂ ਦੇ ਵਿਚਾਰਾਂ ਨੂੰ ਜੋ ਕੁਛ ਉਹ ਕਰਦੇ ਆ ਉਹਨਾਂ ਬਾਰੇ ਅਸੀਂ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਵੀ ਇਹ ਕਿਉਂ ਕਰਦੇ ਆ, ਇਹਨਾਂ ਨੂੰ ਆਏ ਨੀ ਕਰਨਾ ਚਾਹੀਦਾ। ਉਹ ਜਿਹੜੀਆਂ ਚੀਜ਼ਾਂ ਵਾ ਸਾਡੇ ਅੰਦਰ ਡਿਸਟਰਬੈਂਸ ਪੈਦਾ ਕਰਦੀਆਂ, ਠੀਕ ਆ। ਉਹ ਜੇ ਅਸੀਂ ਦੇਖੀਏ ਵੀ ਉਹ ਇਨਸਾਨ ਤਾਂ ਜਿਹੜੇ ਆਪਦੀਆਂ ਆਦਤਾਂ ਉਹ ਤਾਂ ਕਰੀ ਜਾਂਦੇ ਆ, ਪਰ ਅਸੀਂ ਉਹਨਾਂ ਦੀਆਂ ਆਦਤਾਂ ਨੂੰ ਦੇਖਦੇ ਹੋਏ ਜੋ ਰਿਸਪੋਂਸ ਆਪਦੇ ਅੰਦਰ ਕ੍ਰੀਏਟ ਕਰਦੇ ਆ, ਉਹ ਸਾਨੂੰ ਦੁਖੀ ਕਰਦਾ ਵਾ, ਉਹ ਨੀ ਦੁਖੀ ਕਰਦੇ। ਜੀ ਜੀ ਜੀ। ਹੁਣ ਜੇ ਅਸੀਂ ਆਪਦੇ ਅਸੀਂ ਉਹਨਾਂ ਦਾ ਪ੍ਰਭਾਵ, ਮਹਾਤਮਾ ਬੁੱਧ ਨੇ ਕਿਹਾ ਸੀ ਨਾ ਜਦੋਂ ਉਹਨਾਂ ਨੂੰ ਗਾਲਾਂ ਕੱਢੀਆਂ ਸੀਗੀਆਂ, ਉਹਨਾਂ ਦੇ ਚੇਲੇ ਕਹਿੰਦੇ ਵੀ ਤੁਹਾਨੂੰ ਗੁੱਸਾ ਨੀ ਆਇਆ, ਉਹ ਕਹਿੰਦੇ ਮੈਂ ਉਹਨਾਂ ਦੀ ਗਾਲਾਂ ਲਈਆਂ ਹੀ ਨੀ, ਮੈਨੂੰ ਗੁੱਸਾ ਕਿੱਥੋਂ ਆਉਣਾ ਸੀ। ਐਵੇਂ ਅਸੀਂ ਆ, ਅਸੀਂ ਜਦੋਂ ਬਾਹਰ ਲੋਕਾਂ ਦੇ ਬਿਹੇਵੀਅਰ ਨੂੰ ਜੋ ਕੁਛ ਵੀ ਕਰ ਰਹੇ ਆ, ਉਹਨਾਂ ਨੂੰ ਐਜ ਏ ਡਿਟੈਚ ਅਬਜ਼ਰਵਰ ਦੇਖਣਾ ਸ਼ੁਰੂ ਕਰ ਦਾਂਗੇ, ਉਹਨਾਂ ਦੇ ਇਫੈਕਟ ਨੂੰ ਆਪਦੇ ਅੰਦਰ ਨਾ ਸੋਚਾਂਗੇ, ਅਸੀਂ ਗੁੱਡ ਰਿਸਪੋਂਸ ਦੇਵਾਂਗੇ, ਪੋਜ਼ਿਟਿਵ ਰਿਸਪੋਂਸ ਦੇਵਾਂਗੇ, ਉਹਨਾਂ ਨੂੰ ਅਕਸੈਪਟ ਕਰਾਂਗੇ, ਉਦੋਂ ਸਾਡੇ ਅੰਦਰ ਜਿਹੜੀ ਹਲਚਲ ਹੋਣੀ ਬੰਦ ਹੋ ਜੂ, ਡਿਸਟਰਬੈਂਸ ਹੋਣੀ ਬੰਦ ਹੋ ਜੂਗੀ। ਨੈਗੇਟਿਵ ਪ੍ਰਭਾਵ ਤੋਂ ਬਚਣ ਲਈ ਪਹਿਲਾਂ ਤਾਂ ਆਪਦੇ ਆਪ ਤੇ ਬੈਠ ਕੇ ਚੈਕਿੰਗ ਕਰਨੀ ਹੁੰਦੀ ਆ ਵੀ ਕਿਹੜੀ ਗੱਲ ਮੈਨੂੰ ਕਿਸੇ ਦੀ ਡਿਸਟਰਬ ਕਰ ਰਹੀ ਆ। ਇਹਦੇ ਲਈ ਕਿਉਂਕਿ ਆਪਾਂ ਦੂਜਿਆਂ ਦੇ ਪ੍ਰਭਾਵ ਚ, ਮੈਂ ਕਿਹਾ ਵੀ ਉਦੋਂ ਆਉਂਦੇ ਆ ਜਦੋਂ ਅਸੀਂ ਕਮਜ਼ੋਰ ਹੁੰਦੇ ਆ ਦੂਜੇ ਤੋਂ, ਰਾਈਟ, ਠੀਕ ਆ। ਦੂਜੇ ਤੋਂ ਹੁਣ ਦੂਜੇ ਦੇ ਪ੍ਰਭਾਵ ਤੋਂ ਬਚਣ ਲਈ ਆਪਦੇ ਆਪ ਨੂੰ ਸ਼ਕਤੀਸ਼ਾਲੀ ਹੋਣਾ ਪੈਣਾ ਵਾ ਜੀ। ਜਿੰਨਾ ਚਿਰ ਆਪਦੇ ਆਪ ਨੂੰ ਸ਼ਕਤੀਸ਼ਾਲੀ ਨਹੀਂ ਕਰਦੇ, ਉਨਾ ਚਿਰ ਅਸੀਂ ਸਾਰੀ ਜ਼ਿੰਦਗੀ ਦੂਜਿਆਂ ਦੇ ਪ੍ਰਭਾਵ ਹੇਠ ਹੀ ਜਿਉਂਦੇ ਰਹਿਣਾ ਵਾ। ਕਿਉਂਕਿ ਅਸੀਂ ਕਹਿੰਦੇ ਆ ਵੀ ਅਸੀਂ ਇਮੋਸ਼ਨਲੀ ਇੱਕ ਦੂਜੇ ਦੇ ਗੁਲਾਮ ਹੋਏ ਹੋਏ ਆ ਹੁਣ ਜੇ ਦੇਖੀਏ, ਕਿਉਂਕਿ ਦੂਜੇ ਦੀਆਂ ਇਮੋਸ਼ਨ ਸਾਡੇ ਤੇ ਬਹੁਤ ਜਲਦੀ ਕਾਬੂ ਪਾ ਰਹੀਆਂ ਵਾ। ਬਿਲਕੁਲ ਬਿਲਕੁਲ। ਉਹ ਜਲਦੀ ਕਾਬੂ ਪਾਉਣ ਕਰਕੇ ਅਸੀਂ ਅੰਦਰੋਂ ਹੋਰ ਕਮਜ਼ੋਰ ਹੋਈ ਜਾਂਦੇ ਆ, ਜਿਸ ਕਰਕੇ ਅੱਜ ਕੱਲ ਡਿਪਰੈਸ਼ਨ ਦਾ ਮੈਂਟਲ ਸਿਕਨੈਸ ਆ ਜਿਹੜੀ ਵੱਧ ਰਹੀ ਆ। ਹਾਂਜੀ, ਠੀਕ ਆ ਜੀ। ਹੁਣ ਮੈਂਟਲ ਸਿਕਨੈਸ ਦਾ ਡਾਕਟਰਾਂ ਕੋਲ ਤਾਂ ਕੋਈ ਇਲਾਜ ਨਹੀਂ, ਉਹਨਾਂ ਨੇ ਤਾਂ ਦਵਾਈ ਦੇ ਦੇਣੀ, ਪਰ ਮਨ ਦਾ ਜਿਹੜਾ ਮਨ ਦਾ ਇਲਾਜ ਤਾਂ ਸਾਨੂੰ ਚੰਗੇ ਵਿਚਾਰਾਂ ਨਾਲ ਹੀ ਕਰਨਾ ਪੈਣਾ ਵਾ ਜੀ। ਬਿਲਕੁਲ। ਜਗਦੀਪ ਭੈਣ ਜੀ, ਇੱਕ ਸਵਾਲ ਮੇਰੇ ਮਨ ਦੇ ਵਿੱਚ ਹੈ ਕਿ ਸਾਡੇ ਬਹੁਤ ਸਾਰੇ ਸੁਣਨ ਵਾਲੇ ਸਰੋਤੇ ਵੀ ਸ਼ਾਇਦ ਇਹ ਗੱਲ ਸੋਚ ਰਹੇ ਹੋਣੇ, ਤੁਸੀਂ ਬਹੁਤ ਸੋਹਣੀਆਂ ਗੱਲਾਂ ਦੱਸ ਰਹੇ ਹੋ। ਕਈ ਵਾਰੀ ਜਿਹੜੀ ਉਹ ਨੈਗੇਟਿਵਿਟੀ ਹੁੰਦੀ ਆ ਜਾਂ ਜਿਵੇਂ ਲੋਕ ਹੁੰਦੇ ਨੇ, ਅਕਸਰ ਅਸੀਂ ਇਹ ਸੁਣਦੇ ਹਾਂ, ਕਹਿੰਦੇ ਨੇ ਕਿ ਤੁਹਾਡਾ ਜਿਹੜਾ ਦਾਇਰਾ ਹੈ ਤੁਹਾਡਾ ਆਸ ਪਾਸ ਹੈ ਇਹੋ ਜਿਹੇ ਲੋਕਾਂ ਦਾ ਹੋਣਾ ਚਾਹੀਦਾ ਜਿਹੜੇ ਬਹੁਤ ਪੋਜ਼ਿਟਿਵ ਹੋਣ, ਚੜ੍ਹਦੀ ਕਲਾ 'ਚ ਰਹਿਣ ਵਾਲੇ ਲੋਕ ਹੋਣ, ਅਤੇ ਤੁਹਾਨੂੰ ਵਧੀਆ ਮਹਿਸੂਸ ਹੁੰਦਾ ਉਹਨਾਂ ਲੋਕਾਂ ਦੇ ਆਲੇ ਦੁਆਲੇ ਰਹਿ ਕੇ। ਅਤੇ ਹੁਣ ਜੇਕਰ ਮਤਲਬ ਨੈਗੇਟਿਵਿਟੀ ਤਾਂ ਹੁਣ ਹਰ ਜਗ੍ਹਾ ਹੀ ਆ, ਅਸੀਂ ਜਿੱਥੇ ਵੀ ਜਾਂਦੇ ਹਾਂ, ਅਤੇ ਚਾਹੇ ਉਹ ਸਾਡੇ ਘਰ ਦੇ ਆਪਣੇ ਜੀ ਹੀ ਨੇ, ਅਸੀਂ ਉਹਨਾਂ ਨੂੰ ਦੂਰ ਤਾਂ ਨਹੀਂ ਕਰ ਸਕਦੇ, ਤਾਂ ਉੱਥੇ ਇਸ ਚੀਜ਼ ਦੇ ਨਾਲ ਕਿਵੇਂ ਡੀਲ ਕੀਤਾ ਜਾ ਸਕਦਾ? ਅਤੇ ਜਾਣਾ ਉਹ ਇਨਸਾਨ ਜਿਹੜਾ ਖੁਦ ਬਹੁਤ ਨੈਗੇਟਿਵ ਹੋ ਚੁੱਕਿਆ ਹੈ, ਜਿਵੇਂ ਤੁਸੀਂ ਦੱਸਿਆ ਕਿ ਅਕਸਰ ਬਹੁਤ ਨੈਗੇਟਿਵ ਹੁੰਦੇ ਨੇ ਤਾਂ ਬੜੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਤਣਾਅ ਬਹੁਤ ਮਹਿਸੂਸ ਕਰਦੇ ਨੇ, ਕੀ ਕੀਤਾ ਜਾਵੇ?
ਇਹਦੇ ਲਈ ਮੈਨੂੰ ਤੁਹਾਡੀ ਆਵਾਜ਼ ਵੀ ਪਹਿਲਾਂ ਟੁੱਟਦੀ ਸੀਗੀ, ਥੋੜਾ ਜਿਹਾ ਬਾਅਦ ਰਿਪੀਟ ਕਰ ਦੂੰਗੀ। ਮੈਂ ਮਾਫੀ ਚਾਹੂੰਗੀ, ਮੈਂ ਇਹ ਕਹਿ ਰਹੀ ਸੀ ਕਿ ਕਈ ਵਾਰੀ ਨੈਗੇਟਿਵਿਟੀ ਸਾਡੇ ਨਾ ਆਸ ਪਾਸ ਹੁੰਦੀ ਹੈ, ਜਾਂ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਨੈਗੇਟਿਵਿਟੀ ਤੋਂ ਦੂਰ ਹੋਣ ਲਈ ਉਹਨਾਂ ਲੋਕਾਂ ਤੋਂ ਦੂਰ ਹੋ ਜਾਓ ਜਾਂ ਉਹਨਾਂ ਹਾਲਾਤਾਂ ਤੋਂ ਦੂਰ ਹੋ ਜਾਓ, ਆਪਣੇ ਆਪ ਨੂੰ ਦੂਰ ਕਰ ਲਓ। ਪਰ ਅਸੀਂ ਕਈ ਵਾਰੀ ਅਜਿਹੀ ਸਥਿਤੀ 'ਚ ਹੁੰਦੇ ਹਾਂ ਜਿੱਥੇ ਅਸੀਂ ਦੂਰ ਨਹੀਂ ਹੋ ਸਕਦੇ। ਸਾਡੇ ਆਸ ਪਾਸ, ਸਾਡੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਮੈਂਬਰ ਵੀ ਕਈ ਇੱਦਾਂ ਦੇ ਹੁੰਦੇ ਨੇ, ਅਸੀਂ ਉੱਥੇ ਕੀ ਕਰੀਏ? ਹਾਂਜੀ, ਉਹਦੇ ਲਈ ਦੇਖੋ ਕਈ ਹਾਲਾਤਾਂ ਚ ਤਾਂ ਆਪਾਂ ਪਰੇ ਜਾ ਸਕਦੇ ਹਾਂ, ਕੁਛ ਫੈਮਿਲੀ ਜਿਵੇਂ ਹੁਣ ਬੱਚੇ, ਪੇਰੈਂਟ ਬੱਚਿਆਂ ਦਾ ਰਿਲੇਸ਼ਨਸ਼ਿਪ ਆ, ਤੁਸੀਂ ਹੋਰ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ, ਭੈਣ ਭਰਾ ਦਾ, ਹਾਂਜੀ ਹਾਂਜੀ, ਇਹਦੇ ਵਿੱਚ ਵੀ ਨੈਗੇਟਿਵਿਟੀ ਹੋ ਸਕਦੀ, ਇੱਥੇ ਆਪਾਂ ਭੱਜ ਨਹੀਂ ਸਕਦੇ। ਇਹਦੇ ਲਈ ਆਪਦੇ ਆਪ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਅਸੀਂ ਕਹਿੰਦੇ ਆ ਨਾ ਵੀ ਜੇ ਮੀਂਹ ਆ ਗਿਆ ਕਰਦੇ ਰਵਾਂਗੇ, ਜਿੰਨਾ ਚਿਰ ਛਤਰੀ ਨਾ ਲਵਾਂਗੇ ਮੀਂਹ ਨੂੰ ਰੋਕਿਆ ਨਹੀਂ ਜਾ ਸਕਦਾ, ਅਸੀਂ ਬਚ ਨਹੀਂ ਸਕਦੇ। ਠੀਕ ਆ, ਹੁਣ ਅਸੀਂ ਜੇ ਘਰੇ ਹੀ ਜਾਵਾਂਗੇ, ਸਾਡੇ ਆਲੇ ਦੁਆਲੇ ਇੰਨੇ ਨੈਗੇਟਿਵ, ਉਹਦੇ ਲਈ ਸਾਨੂੰ ਆਪ ਕਦਮ ਚੁੱਕਣਾ ਪੈਣਾ ਵੀ ਉਹਨਾਂ ਦੀ ਨੈਗੇਟਿਵਿਟੀ ਤੋਂ ਕਿਵੇਂ ਬਚਣਾ ਵਾ। ਠੀਕ ਆ, ਕਿਉਂਕਿ ਉਹਨਾਂ ਨੂੰ ਜ਼ਿਆਦਾ ਤੁਸੀਂ ਆਪ ਸਟਰੋਂਗ ਹੋ ਜਾਓ, ਉਹਨਾਂ ਦੀ ਨੈਗੇਟਿਵਿਟੀ ਦਾ ਪ੍ਰਭਾਵ ਕਬੂਲੋ ਨਾ, ਜਾਂ ਉਹਨਾਂ ਨੂੰ ਥੋੜਾ ਜਿਹਾ ਇਗਨੋਰ ਕਰਨ ਦੀ ਕੋਸ਼ਿਸ਼ ਕਰੋ। ਇਗਨੋਰ ਕਰਨ ਦਾ ਮਤਲਬ ਛੱਡ ਕੇ ਨਹੀਂ ਭੱਜ ਜਾਣਾ ਹੈਗਾ, ਪੋਜ਼ਿਟਿਵ, ਕਿਉਂਕਿ ਜੇ ਅਸੀਂ ਸੋਚੀਏ ਨਾ, ਜੇ ਉਹਨਾਂ ਦੀ ਨੈਗੇਟਿਵਿਟੀ ਸਾਡੇ ਤੇ ਇਫੈਕਟ ਪਾ ਸਕਦੀ ਆ, ਕਿ ਕੀ ਸਾਡੀ ਪੋਜ਼ਿਟਿਵਿਟੀ ਉਹਨਾਂ ਤੇ ਇਫੈਕਟ ਨਹੀਂ ਪਾ ਸਕਦੀ, ਫਿਰ ਅਸੀਂ ਪੋਜ਼ਿਟਿਵ ਹੋ ਜਾਈਏ ਜੀ। ਅਸੀਂ ਪੋਜ਼ਿਟਿਵ ਹੋ ਕੇ ਉਹਨਾਂ ਨੂੰ ਪੋਜ਼ਿਟਿਵ ਬਣਾਉਣਾ ਸ਼ੁਰੂ ਕਰ ਦਈਏ। ਕਦਮ ਤਾਂ ਕਿਸੇ ਨੂੰ ਚੱਕਣਾ ਹੀ ਪੈਣਾ ਵਾ, ਘਰ ਚ ਕਿਸੇ ਨੂੰ ਵੀ। ਹੁਣ ਜੇ ਮੈਂ ਕਹਾਂ, ਮੈਂ ਵੀ ਬਹੁਤ ਇਹਨਾਂ ਚੀਜ਼ਾਂ ਚ ਹੁੰਦੀ ਸੀਗੀ, ਪਰ ਮੈਂ ਆਪ ਕਿਹਾ ਵੀ ਮੈਂ ਇਹਨਾਂ ਚੀਜ਼ਾਂ ਤੋਂ ਛੁੱਟਣਾ ਵਾ। ਕਿੰਨਾ ਕੁ ਚਿਰ ਸਾਰੀ ਜ਼ਿੰਦਗੀ ਬੰਦਾ ਨੈਗੇਟਿਵਿਟੀ ਚ ਜਿਉਂ ਹੀ ਜਾਊਗਾ? ਠੀਕ ਆ, ਬਿਲਕੁਲ, ਬਹੁਤ ਵਧੀਆ ਤੁਸੀਂ ਗੱਲ ਕੀਤੀ। ਸਟੈਪ ਸਾਨੂੰ ਖੁਦ ਨੂੰ ਚੱਕਣਾ ਪਏਗਾ। ਕੋਈ ਵੀ ਸਥਿਤੀ ਹੈ ਸਾਡੇ ਆਸ ਪਾਸ ਨੈਗੇਟਿਵਿਟੀ ਜੇ ਲੱਗਦੀ ਵੀ ਹੈ ਤਾਂ ਮਹਿਸੂਸ ਹੁੰਦੀ ਹੈ, ਤਾਂ ਉੱਥੇ ਸਾਨੂੰ ਖੁਦ ਨੂੰ ਸਟੈਪ ਚੱਕਣਾ ਪਏਗਾ ਪੋਜ਼ਿਟਿਵ ਰਹਿਣ ਦੇ ਲਈ, ਔਰ ਇਹ ਸੋਚ ਬਣਾਉਣੀ ਪਏਗੀ ਕਿ ਨਹੀਂ ਮੈਂ ਪੋਜ਼ਿਟਿਵ ਰਹਿਣਾ। ਔਰ ਕੋਈ ਐਸਾ ਕੁਇਕ ਟਿਪ ਹੋਵੇ ਤੁਹਾਡੇ ਕੋਲ ਜਗਦੀਪ ਭੈਣ ਜੀ, ਕੋਈ ਤੁਸੀਂ ਦੱਸਣਾ ਹੋਵੇ ਜਾਂਦੇ ਜਾਂਦੇ? ਹਾਂਜੀ, ਮੈਂ ਤੁਹਾਨੂੰ ਨੈਗੇਟਿਵਿਟੀ ਤੋਂ ਬਚਣ ਲਈ ਟਿਪਸ ਥੋੜੀਆਂ ਜਿਹੀਆਂ ਦੱਸਦੀ ਹਾਂ। ਇੱਕ ਤਾਂ ਆਪਦੇ ਆਪ ਨੂੰ ਆਪਾਂ ਪਹਿਲਾਂ ਕਹੀਏ ਵੀ, ਪਹਿਲਾਂ ਮੈਥਡ ਹੈਗਾ ਤਾਂ ਸਟਰੋਂਗ ਬਣਾਉਣਾ। ਸਟਰੋਂਗ ਕਿਵੇਂ ਬਣਾਉਣਾ? ਸਟਰੋਂਗ ਸਾਨੂੰ ਇੱਕ ਤਾਂ ਪਰਮਾਤਮਾ ਦੀ ਯਾਦ ਦੇ ਵਿੱਚ ਰਹਿਣ ਦਾ ਮਤਲਬ ਯਤਨ ਕਰਨਾ ਹਮੇਸ਼ਾ, ਕਿਉਂਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰੂ ਸਾਹਿਬ ਨੇ ਪਹਿਲਾਂ ਹੀ ਗੱਲ ਕਹਿਤੀ ਆ, ਪਰ ਪ੍ਰਭੂ ਦੀ ਕੀਰਤੀ ਕਰੋ, ਪ੍ਰਭੂ ਦੀ ਕੀਰਤੀ ਕਰਨ ਨਾਲ ਉਹਦੇ ਗੁਣ ਤੁਹਾਡੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ, ਤੁਹਾਡੀ ਜਿਹੜੀ ਆਤਮਾ ਸਟਰੋਂਗ ਬਣਨੀ ਸ਼ੁਰੂ ਹੋ ਜੂਗੀ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਵੀ, ਕਿਸੇ ਬਾਰੇ ਵੀ ਕਿਸੇ ਨੂੰ ਯਾਦ ਕਰਦੇ ਹਾਂ, ਅਸੀਂ ਉਹਦੀ ਐਨਰਜੀ ਨਾਲ ਕਨੈਕਟਡ ਹੋ ਜਾਂਦੇ ਹਾਂ ਤੇ ਉਹਦੇ ਵਿਚਾਰ ਸਾਡੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ। ਠੀਕ ਆ, ਇੱਕ ਇਹ ਜਿਹੜੇ ਹੈਗਾ ਕੰਸੈਪਟ, ਇਹਨੂੰ ਯਾਦ ਰੱਖਣਾ ਹਮੇਸ਼ਾ, ਇਹ ਰੂਲ ਨੂੰ ਵੀ, ਜਿਹਨੂੰ ਮੈਂ ਯਾਦ ਕਰੂੰਗੀ ਉਹਦੇ ਵਿਚਾਰ ਮੇਰੇ 'ਚ ਆਉਣੇ ਸ਼ੁਰੂ ਕਰ ਦਿੰਦੇ ਆ। ਹੁਣ ਮੈਂ ਬੜੇ ਧਿਆਨ ਨਾਲ ਕਿਹਨੂੰ ਯਾਦ ਕਰਨਾ ਵਾ, ਪੋਜ਼ਿਟਿਵ ਨੂੰ ਯਾਦ ਕਰਨਾ ਕਿ ਨੈਗੇਟਿਵ ਨੂੰ? ਆਪਾਂ ਕੀ ਕਰਦੇ ਹਾਂ, ਨੈਗੇਟਿਵ ਨੂੰ ਜ਼ਿਆਦਾ ਯਾਦ ਕਰਦੇ ਹਾਂ, ਜਿਸ ਕਰਕੇ ਆਪ ਵੀ ਨੈਗੇਟਿਵ ਹੋਈ ਜਾਈਦਾ ਤੇ ਆਪ ਵੀਕ ਹੋਈ ਜਾਈਦਾ ਉੱਤੋਂ ਵੀ। ਠੀਕ ਆ, ਪਰਮਾਤਮਾ ਨੂੰ ਯਾਦ ਕਰੋਗੇ, ਪਰਮਾਤਮਾ ਦੀ ਐਨਰਜੀ ਨਾਲ ਕਨੈਕਟਡ ਹੋਵੋਗੇ ਤੇ ਤੁਹਾਨੂੰ ਸੁੱਖ ਸ਼ਾਂਤੀ ਤਾਂ ਉੱਤੋਂ ਹੀ ਸਾਰਾ ਕੁਛ ਮਿਲ ਜਾਣਾ, ਕਿਸੇ ਨੂੰ ਯਾਦ ਕਰਨ ਦੀ ਲੋੜ ਨਹੀਂ ਪੈਣੀ। ਬਹੁਤ ਵਧੀਆ। ਦੂਜਾ ਹੈਗਾ ਲੋਕਾਂ ਨੂੰ ਜੱਜ ਨਹੀਂ ਕਰਨਾ ਜੀ, ਜੱਜ ਨਹੀਂ ਕਰਨਾ ਕਿਸੇ ਨੂੰ ਵੀ ਜੀ ਜੀ ਠੀਕ ਆ। ਜਗਦੀਪ ਜੀ, ਮੈਂ ਚਾਹੂੰਗੀ ਕਿ ਛੋਟੀ ਜਿਹੀ ਆਪਾਂ ਬ੍ਰੇਕ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਜੁੜਦੇ ਹਾਂ, ਸਾਂਝ ਪਾਉਂਦੇ ਹਾਂ ਕਿ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਹੈ, ਅਸੀਂ ਫਿਰ ਹੁਣੇ ਹਾਜ਼ਰ ਹੁੰਦੇ ਹਾਂ ਤੇ ਇਸ ਟੌਪਿਕ ਤੇ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਹਾਂਜੀ, ਵੈਲਕਮ ਬੈਕ ਜੀ, ਤੁਸੀਂ ਸੁਣ ਰਹੇ ਇਸ ਵਕਤ ਰੇਡੀਓ ਮਿਰਚੀ 13:10 ਤੇ ਰੇਡੀਓ ਪੰਜਾਬ ਤੇ ਤੁਹਾਡਾ ਆਪਣਾ ਸ਼ੋਅ ਗੁੱਡ ਮਾਰਨਿੰਗ ਪੰਜਾਬੀਓ। ਇੱਕ ਵਾਰ ਫਿਰ ਜੀ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ, ਉਮੀਦ ਹੈ ਕਿ ਸੋਹਣੀ ਸਜਰੀ ਸਵੇਰ ਜਿਹੜੀ ਹੈ ਇਸਦਾ ਤੁਸੀਂ ਆਨੰਦ ਮਾਣ ਰਹੇ ਹੋਵੋਗੇ ਤੇ ਨਾਲ ਇਸ ਸ਼ੋਅ ਦਾ ਵੀ। ਔਰ ਇਸ ਸ਼ੋਅ 'ਚ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਜਾਣਕਾਰੀਆਂ, ਪੇਸ਼ਕਾਰੀਆਂ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਨਾਲ ਅੱਜ ਸਾਡੇ ਨਾਲ ਜਗਦੀਪ ਧਾਲੀਵਾਲ ਭੈਣ ਜੀ ਵੀ ਜੁੜੇ ਹੋਏ ਨੇ, ਜੋ ਕਿ ਨੈਗੇਟਿਵਿਟੀ ਤੋਂ ਕਿਵੇਂ ਬਾਹਰ ਆਈਏ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਤੇ ਲਾਸਟ ਦੇ ਵਿੱਚ ਕੁਝ ਟਿਪਸ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ, ਤੇ ਆਪਾਂ ਦੁਬਾਰਾ ਤੋਂ ਸਵਾਗਤ ਕਰਦੇ ਹਾਂ ਤੇ ਜਾਣਦੇ ਹਾਂ ਜੀ ਉਹਨਾਂ ਟਿਪਸ ਦੇ ਬਾਰੇ। ਜਗਦੀਪ ਭੈਣ ਜੀ, ਇੱਕ ਵਾਰ ਫਿਰ ਸਵਾਗਤ ਕਹਿੰਦੇ ਹਾਂ ਜੀ। ਹਾਂਜੀ ਹਾਂਜੀ, ਆਪਾਂ ਹੁਣ ਨੈਗੇਟਿਵਿਟੀ ਤੋਂ ਬਚਣਾ ਕਿਵੇਂ ਉਹਦੇ ਬਾਰੇ ਡਿਸਕਸ ਕਰਾਂਗੇ। ਦੇਖੋ, ਹਾਂਜੀ, ਨੈਗੇਟਿਵਿਟੀ ਇੱਕ ਮੈਂਟਲ ਸਿਕਨੈਸ ਆ, ਮਨ ਦੀ ਬਿਮਾਰੀ ਆ। ਜਿਵੇਂ ਅਸੀਂ ਸਰੀਰ ਦੀ ਬਿਮਾਰੀ ਤੋਂ ਬਚਣਾ, ਕੋਵਿਡ ਆਇਆ ਸੀ, ਮਾਸਕ ਲਾਏ ਸੀ, ਹੁਣ ਮਨ ਦੀ ਬਿਮਾਰੀਆਂ ਤੋਂ ਵੀ ਬਚਣ ਲਈ ਸਾਨੂੰ ਮਾਸਕ ਲਾਉਣਾ ਪੈਣਾ। ਮਾਸਕ ਕਾਹਦਾ ਲਾਉਣਾ ਵਾ? ਚੰਗੇ ਵਿਚਾਰਾਂ ਦਾ ਮਾਸਕ ਲਾਉਣਾ। ਠੀਕ ਆ, ਉਹਦੇ ਲਈ ਪਹਿਲਾਂ ਮਾਸਕ ਤਾਂ ਲਾਉਣਾ ਵੀ, ਹਮੇਸ਼ਾ ਪਰਮਾਤਮਾ ਦੀ ਯਾਦ ਚ ਰਹਿਣ ਦੀ ਕੋਸ਼ਿਸ਼ ਕਰੋ, ਆਲੇ ਦੁਆਲੇ ਬਹੁਤਾ ਨਾ ਨੈਗੇਟਿਵ, ਲੋਕਾਂ ਬਾਰੇ ਬਹੁਤਾ ਨਾ ਸੋਚੋ।
ਦੂਜਾ ਉਹਨਾਂ ਨੂੰ ਜੱਜ ਨਾ ਕਰੋ, ਠੀਕ ਆ ਜੀ। ਤੀਜਾ ਕ੍ਰਿਟੀਸਾਈਜ਼ ਨਾ ਕਰੋ ਕਿਸੇ ਵੀ ਬੰਦੇ ਦੀਆਂ ਕਮਜ਼ੋਰੀਆਂ ਲੈ ਕੇ, ਫਿਰ ਦਸਾਂ ਕੋਲ ਫਲਾਉਣ ਬਹਿ ਜਾਂਦੇ ਆ, ਸਾਰਾ ਦਿਨ ਉਹੀ ਚੱਲਦਾ ਰਹਿੰਦਾ, ਉਹਦੇ ਨਾਲ ਆਪਦੀ ਐਨਰਜੀ ਵੀ ਲੀਕ ਹੋ ਜਾਂਦੀ ਆ ਤੇ ਘਟਦੀ ਆ, ਠੀਕ ਆ, ਵੀਕਨੈਸ ਆਉਂਦੀ ਆ। ਬਿਲਕੁਲ। ਚੌਥਾ ਪੁਆਇੰਟ ਹੈਗਾ ਸਾਰਾ ਦਿਨ ਆਪਦੀ ਚੈਕਿੰਗ ਕਰਨੀ ਆ ਵੀ ਮੇਰੇ ਅੰਦਰ ਤਾਂ ਨੀ ਕਿੰਨੇ ਕੁ ਨੈਗੇਟਿਵ ਥੋਟ ਚੱਲਦੇ, ਮੇਰੀ ਐਨਰਜੀ ਤਾਂ ਨੀ ਲੀਕੇਜ ਹੋ ਰਹੀ, ਵੀ ਮੈਂ ਕਮਜ਼ੋਰ ਹੋ ਰਹੀ ਹਾਂ, ਇਹਦੀ ਚੈਕਿੰਗ ਬੈਠ ਕੇ ਕਰੋ ਥੋੜਾ ਚਿਰ। ਅਸੀਂ ਕੀ ਕਰਦੇ ਆ, ਮਨ ਸਾਰਾ ਦਿਨ ਸਾਨੂੰ ਦੁਖੀ ਕਰਦਾ ਰਹਿੰਦਾ, ਰੋਂਦੇ ਰਹਿੰਦੇ ਆ ਤੇ ਮੁੜ ਕੇ ਉਹਨੂੰ ਦੇਖਦੇ ਹੀ ਨੀ ਹੈਗੇ, ਕੁਛ ਚਿਰ ਲਈ ਬੈਠ ਕੇ ਉਹਦਾ ਪ੍ਰੋਬਲਮ ਦਾ, ਜਿਹੜੀ ਪ੍ਰੋਬਲਮ ਆ ਮਨ ਨੂੰ ਹੋਈਆਂ ਹੋਈਆਂ, ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰੋ, ਠੀਕ ਆ। ਬਿਲਕੁਲ। ਪੰਜਵਾਂ ਹੈਗਾ ਵੇਸਟ, ਕੋਈ ਵੀ ਚੀਜ਼ ਦੇਖਣੀ ਨੀ ਨਾ ਸੁਣਨੀ ਨੀ, ਜਿਹੜੀ ਸਾਡੇ ਚੀਜ਼ ਦੇ ਕੰਮ ਦੀ ਹੈ ਹੀ ਨੀ, ਉਹਨਾਂ ਚੀਜ਼ਾਂ ਨੂੰ ਅੰਦਰ ਕਿਉਂ ਲੈ ਕੇ ਜਾਂਦੇ ਹਾਂ, ਉਹਦੇ ਨਾਲ ਸਾਡੀ ਰੂਹ ਕਮਜ਼ੋਰ ਹੁੰਦੀ ਜਾਂਦੀ ਆ, ਨੈਗੇਟਿਵਿਟੀ ਦਾ ਸ਼ਿਕਾਰ ਹੋਰ ਹੁੰਦੀ ਆ। ਹਾਂਜੀ, ਠੀਕ ਹੈ। ਫਿਰ ਹੈਗਾ ਕਿਸੇ ਵੀ ਮਨੁੱਖ ਨੂੰ ਦੇਖਦੇ ਆ ਜਿਹਦੇ ਅੰਦਰ ਨੈਗੇਟਿਵਿਟੀ ਜ਼ਿਆਦਾ, ਉਹਦੇ ਲਈ ਪਿਆਰ ਪੈਦਾ ਕਰੋ, ਉਹਨੂੰ ਦੁਆਵਾਂ ਦਿਓ। ਕਿਉਂ ਕਿਉਂ ਦਵਾਵਾਂ ਦੇਣੀਆਂ, ਕਿਉਂਕਿ ਜਦੋਂ ਨੈਗੇਟਿਵਿਟੀ ਹੁੰਦੀ ਆ ਨਾ, ਉਹ ਮਨੁੱਖ ਨੂੰ ਇਹ ਰੋਗ ਆ ਤੇ ਦੁਖੀ ਕਰ ਦਿੰਦੀ ਆ। ਹੁਣ ਜਦੋਂ ਕੋਈ ਆਪਾਂ ਨੂੰ ਸਰੀਰ ਤੇ ਸੱਟ ਲੱਗੀ ਤਾਂ ਦੱਸਦੀ ਆ, ਮਨ ਤੇ ਸੱਟਾਂ ਤਾਂ ਦੱਸਦੀਆਂ ਨੀ, ਮਨ ਤੇ ਸਰੀਰ ਤੇ ਸੱਟ ਲੈਣ ਲਈ ਜਦੋਂ ਕਿਸੇ ਦੇ ਲੱਗੀ ਹੋਵੇ ਅਸੀਂ ਉਹਦੀ ਹੈਲਪ ਕਰਦੇ ਹਾਂ, ਉਹਦੇ ਮਰਮ ਪੱਟੀ ਕਰਦੇ ਹਾਂ, ਐਵੇਂ ਮਨ ਤੇ ਜਿਹਦੇ ਸੱਟ ਲੱਗੀ ਆ ਉਹਦੀ ਵੀ ਮਰਮ ਪੱਟੀ ਕਰਨੀ ਪੈਣੀ ਆ। ਬਿਲਕੁਲ, ਠੀਕ ਆ। ਕਿਉਂਕਿ ਪਹਿਲਾਂ ਮਰਮ ਪੱਟੀ ਆਪਦੇ ਤੇ ਕਰੋ, ਆਪਦੇ ਮਨ ਨੂੰ ਠੀਕ ਰੱਖੋ, ਫੇਰ ਦੂਜੇ ਦੇ ਮਨ ਨੂੰ ਤਾਂ ਹੀ ਠੀਕ ਰੱਖਿਆ ਜਾਂਦਾ ਵਾ ਜੀ ਜੀ। ਠੀਕ ਆ। ਇਹਦੇ ਲਈ ਟੋਲਰੈਂਸ ਪਾਵਰ ਆਪਦੀ ਵਧਾਓ, ਸਹਿਣ ਸ਼ਕਤੀ ਵਧਾਓ। ਸਾਨੂੰ ਹੁਣ ਪਤਾ ਲੱਗ ਗਿਆ ਵੀ ਦੂਜੇ ਲੋਕਾਂ ਵਿੱਚ ਨੈਗੇਟਿਵਿਟੀ ਦਾ ਕਾਰਨ ਕੀ ਆ, ਉਹਨਾਂ ਦੇ ਵਿੱਚ ਵੀਕਨੈਸ ਆ, ਉਹ ਵਿਕਾਰਾਂ ਦੇ ਵੱਸ ਹੋਏ ਹੋਏ ਆ, ਪਰਵਸ਼ ਹੋਈ ਹੋਈ ਆ ਆਤਮਾ, ਠੀਕ ਆ। ਉਹਨਾਂ ਦੇ ਜਿਹੜੇ ਨੈਗੇਟਿਵ ਚੀਜ਼ਾਂ ਚੱਲ ਰਹੀਆਂ, ਹੁਣ ਅਸੀਂ ਉਹਨਾਂ ਤੋਂ ਬਚਣ ਲਈ ਅਸੀਂ ਪੋਜ਼ਿਟਿਵ ਹੋਣਾ ਤਾਂ ਬਚ ਸਕਦੇ ਹਾਂ, ਤੇ ਉਹਨਾਂ ਨੂੰ ਵੀ ਸਹਾਰਾ ਦੇਣਾ ਪੋਜ਼ਿਟਿਵ ਹੋ ਕੇ, ਇੰਨਾ ਇਹ ਸੇਵਾ ਕਰਨੀ ਆ ਦੂਜਿਆਂ ਦੀ, ਠੀਕ ਆ। ਇਹ ਜਦੋਂ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ ਰੋਜ਼ ਇਹ ਪੜਾਂਗੇ, ਸਵੇਰੇ ਅੰਮ੍ਰਿਤ ਵੇਲੇ ਸਵੇਰੇ ਉੱਠਦੇ ਆ, ਮਨ ਜਦੋਂ ਠੀਕ ਤਰ੍ਹਾਂ ਨਾਲ ਸਾਰੀ ਚੀਜ਼ ਅਬਜ਼ਰਵ ਕਰਦਾ, ਉਦੋਂ ਧਿਆਨ ਦੇਵਾਂਗੇ, ਫਿਰ ਸਾਰਾ ਦਿਨ ਧਿਆਨ ਦੇਵਾਂਗੇ ਮਨ ਦੇ ਵੈਰ ਵੇ ਕੀ ਕਰ ਰਿਹਾ ਦੂਜਿਆਂ ਨਾਲ ਇਹ, ਤੇ ਫਿਰ ਅਸੀਂ ਨੈਗੇਟਿਵਿਟੀ ਤੋਂ ਬਚ ਸਕਦੇ ਹਾਂ ਤੇ ਸਟਰੋਂਗ ਬਣ ਸਕਦੇ ਹਾਂ, ਬਸ ਇਹੀ ਮੈਥਡ ਹੈ। ਕੀ ਬਾਤ ਹੈ, ਤੁਸੀਂ ਕਮਾਲ ਕਰ ਦਿੱਤਾ। ਅੱਜ ਇਹ ਜਿਹੜੇ ਮੈਥਡ ਤੁਸੀਂ ਦੱਸੇ ਨੇ ਨਾ, ਵਾਕਈ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਅਸੀਂ ਪੋਜ਼ਿਟਿਵ ਵੇ ਦੇ ਨਾਲ ਜੀਣਾ ਹੈ, ਖੁਸ਼ਹਾਲ ਰਹਿਣਾ, ਔਰ ਜਿਹੜੇ ਕਿਤੇ ਦੁਖੀ ਨੇ, ਉਦਾਸ ਨੇ, ਉਹਨਾਂ ਨੂੰ ਵੀ ਅਸੀਂ ਖੁਸ਼ ਰੱਖ ਸਕਦੇ ਹਾਂ, ਚੰਗੀਆਂ ਦੁਆਵਾਂ ਦੇ ਸਕਦੇ ਹਾਂ, ਔਰ ਉਹਨਾਂ ਦੇ ਨਾਲ ਪਿਆਰ ਦੇ ਨਾਲ ਅਸੀਂ ਰਹਿ ਸਕਦੇ ਹਾਂ। ਬਹੁਤ ਪਿਆਰੇ ਥੋਟਸ ਨੇ, ਬੜੇ ਪਿਆਰੇ ਵਿਚਾਰ ਅੱਜ ਤੁਸੀਂ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਗੱਲਬਾਤ ਲਾਹੇਵੰਦ ਹੋਏਗੀ। ਔਰ ਹਾਂਜੀ, ਇੱਕ ਥੋਟ ਹੋ ਰਹਿ ਗਿਆ ਸੰਦੀਪ ਜੀ। ਹਾਂਜੀ ਹਾਂਜੀ, ਦੱਸ ਦਿਓ। ਇੱਕ ਰਹਿ ਗਿਆ ਵੀ ਦੂਜੇ ਦੀਆਂ ਗਲਤੀਆਂ ਦੀ ਸਜ਼ਾ ਆਪਦੇ ਆਪ ਨੂੰ ਨਹੀਂ ਦੇਣੀ ਹੈਗੀ। ਜੇ ਕੋਈ ਗਲਤੀ ਕਰ ਰਿਹਾ ਨਾ ਬਾਹਰ, ਕੋਈ ਚੋਰੀ ਕਰ ਰਿਹਾ, ਝੂਠ ਬੋਲ ਰਿਹਾ, ਉਹਨਾਂ ਦੀ ਸਜ਼ਾ ਆਪਦੇ ਆਪ ਨੂੰ ਦੇਣ ਲੱਗ ਜਾਓ ਵੀ ਉਹਨਾਂ ਦੀ ਚੋਰੀ ਨੇ ਮੈਨੂੰ ਡਿਸਟਰਬ ਕਰਤਾ, ਇਹ ਨੀ ਗੱਲ ਕਰਨੀ ਹੈਗੀ। ਓਕੇ, ਠੀਕ ਹੈ। ਕੋਈ ਵੀ ਗਲਤ ਕੰਮ ਕਰ ਰਿਹਾ ਆਪਦੇ ਤੇ ਨੀ ਲੈਣਾ ਹੈਗਾ ਕਿਸੇ ਦਾ ਵੀ। ਤੇ ਬਾਕੀ ਜਿਹੜਾ ਇੱਕ ਤੁਸੀਂ ਹੋਰ ਮੈਨੂੰ ਕੁਐਸਚਨ ਪੁੱਛਿਆ ਸੀ, ਹਾਂਜੀ, ਤੁਸੀਂ ਕਿਹਾ ਸੀ ਮੈਨੂੰ ਆਨਸਰ ਦਿਓ ਜੀ। ਬਿਲਕੁਲ। ਇੱਕ ਨਾ ਚੀਜ਼ ਹੋਰ ਸੀਗੀ ਕਿ ਜਿੱਦਾਂ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਨਾ ਕਿ ਵੀ ਨੈਗੇਟਿਵਿਟੀ ਕਿਉਂ ਹੈ ਜ਼ਿਆਦਾ, ਕਈ ਵਾਰੀ ਇੱਦਾਂ ਹੁੰਦਾ ਕਿ ਅਸੀਂ ਸ਼ੁਕਰਗੁਜ਼ਾਰ ਬਹੁਤ ਘੱਟ ਹੁੰਦੇ ਹਾਂ, ਸਾਡੇ ਹਾਲਾਤ ਜਿਸ ਤਰ੍ਹਾਂ ਦੇ ਵੀ ਨੇ, ਜੋ ਵੀ ਚੀਜ਼ਾਂ ਸਾਡੇ ਕੋਲ ਨੇ, ਉਪਲਬਧ ਨੇ, ਅਸੀਂ ਉਹਦੇ ਵਿੱਚ ਖੁਸ਼ ਰਹੀਏ, ਅਸੀਂ ਉਹਦੇ ਵਿੱਚ ਸ਼ੁਕਰਗੁਜ਼ਾਰ ਰਹੀਏ। ਔਰ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਇੱਕ ਚੈਲੰਜ ਵੀ ਜਿਹੜਾ ਸਾਨੂੰ ਜ਼ਰੂਰ ਦੇਣਾ ਚਾਹੀਦਾ ਕਿ ਮੈਂ ਇੱਕ ਪੂਰਾ ਦਿਨ ਕੋਈ ਵੀ ਨੈਗੇਟਿਵ ਗੱਲ ਕਹੇ ਬਿਨਾਂ ਰਹਿ ਸਕਦਾ ਜਾਂ ਰਹਿ ਸਕਦੀ ਹਾਂ। ਸੋ ਇੱਦਾਂ ਦੇ ਚੈਲੰਜ ਆਪਣੇ ਆਪ ਨੂੰ ਵੀ ਦੇਣੇ ਚਾਹੀਦੇ ਨੇ, ਸੋ ਆਪਣੇ ਆਪ ਨੂੰ ਅਸੀਂ ਦੇਖ ਸਕਦੇ ਹਾਂ। ਸੋ ਇਹ ਇੱਕ ਬਹੁਤ ਵਧੀਆ ਚੀਜ਼ ਹੋਊਗੀ ਕਿ ਵੀ ਅਸੀਂ ਆਪਣੇ ਆਪ ਨੂੰ ਦੇਖੀਏ ਵੀ ਅਸੀਂ ਕਿਤੇ ਨੈਗੇਟਿਵ ਤਾਂ ਨਹੀਂ ਹੈਗੇ। ਸੋ ਇਹੀ ਗੱਲਾਂ ਸੀ, ਬਾਕੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸੋਹਣੇ ਵਿਚਾਰਾਂ ਦੇ ਲਈ।